ਉਹਨੂੰ ਇੱਕ ਬਾਜਾ ਮੰਨਿਆ ਹੈ। ਦੂਜਾ ਜਿਵੇਂ ਉਹ ਸੰਖ ਵਿੱਚ ਫੂਕ ਜੀ ਮਾਰੀਏ ਫਿਰ ਆਵਾਜ਼ ਨਿਕਲਦੀ, ਇਸ ਤਰ੍ਹਾਂ ਦੀ ਜਿਹੜੀ ਇੱਕ ਆਵਾਜ਼ ਨਿਕਲਦੀ ਹੈ ਇਹ ਦੂਜੀ ਹੈ, ਦੂਜਾ ਸ਼ਬਦ ਹੈ। ਤੀਜਾ ਹੈ ਮਰਦੰਗ, ਮਰਦੰਗ ਤੇ ਜਦੋਂ ਹੱਥ ਮਾਰਦੇ ਨੇ ਆ ਸਿਆਣੇ ਉਹਦੇ ਵਿੱਚੋਂ ਆਵਾਜ਼ ਨਿਕਲਦੀ ਹੈ, ਇਹ ਤੀਜਾ ਸ਼ਬਦ ਹੈ। ਚੌਥਾ ਹੈ ਤਾਲ, ਕੈਂਸੀਆਂ ਜਿਹੜੀਆਂ ਜਦੋਂ ਕੋਈ ਉਹਨਾਂ ਨੂੰ ਆਪੋ ਵਿੱਚ ਹੀ ਖੜਕਾਉਂਦੇ ਹੈ ਜਿਹੜੀ ਪਤਲੀ ਜਿਹੀ ਆਵਾਜ਼ ਉਹ ਕੈਂਸੀਆਂ ਦੀ ਨਿਕਲਦੀ ਹੈ, ਇਹ ਚੌਥਾ ਸ਼ਬਦ ਹੈ। ਪੰਜਵਾਂ ਹੈ ਘੰਡੇ ਹੇੜੇ ਦਾ, ਉਹ ਕੋਈ ਕੋਰਾ ਘੜਾ ਲੈ ਕੇ ਉਹਦੇ ਵਿੱਚ ਸੁਰਾਖ ਜਿਹਾ ਕਰਕੇ ਮੋਰ ਦਾ ਖੰਭ ਜਿਹਾ ਪਾ ਲੈਂਦੇ ਹੈ ਅਤੇ ਫਿਰ ਇਸ ਤਰ੍ਹਾਂ ਉਹ ਮੋਰ ਦੇ ਖੰਭ ਦੇ ਜਿਹੜੀਆਂ ਉਹਦੇ ਨਾਲ ਐਸੇ ਢੰਗ ਨਾਲ ਉਹ ਆਪਣੇ ਉਂਗਲਾਂ ਦੇ ਪੋਟੇ ਜਿਹੇ ਲਾ ਲਾ ਕੇ ਉਹਨਾਂ ਨੂੰ ਉਹ ਖਿੱਚਦੇ ਹੈ ਅਤੇ ਫਿਰ ਉਹ ਘੜੇ ਦੇ ਵਿੱਚੋਂ ਬੜੀ ਮਿੱਠੀ ਮਿੱਠੀ ਆਵਾਜ਼ ਨਿਕਲਦੀ ਹੈ, ਉਹਨੂੰ ਘੰਡੇ ਹੇੜੇ ਦਾ ਸ਼ਬਦ ਕਹਿੰਦੇ, ਜਿਸ ਨੂੰ ਆਵਾਜ਼ ਨੂੰ ਸੁਣ ਕੇ ਜਿਹੜਾ ਹਰਨ ਹੈ ਉਹ ਲਟੂ ਹੋ ਜਾਂਦਾ, ਜਿੱਥੋਂ ਆਵਾਜ਼ ਆਉਂਦੀ ਉੱਥੇ ਆਪਣਾ ਸਿਰ ਰੱਖ ਕੇ ਨਾ ਅਤੇ ਬਸ ਸਭ ਕੁਛ ਗੁਆ ਕੇ ਹੋਸ਼ ਹੋਸ਼ ਬਹਿ ਜਾਂਦਾ। ਜਿਹੜੇ ਸ਼ਿਕਾਰੀ ਹੁੰਦੇ ਆ ਉਹ ਦੇਖਦੇ ਵੀ ਹੁਣ ਲੱਟੂ ਹੋਇਆ ਬੈਠਾ ਘੰਡੇ ਹੇੜੇ ਦੀ ਆਵਾਜ਼ 'ਤੇ, ਝੱਟ ਦੇ ਕੇ ਆ ਕੇ ਗਲ ਵੀ ਸੱਸੀ ਪਾ ਲੈਂਦੇ। ਇਸ ਤਰ੍ਹਾਂ ਵੀ ਜਿਵੇਂ ਉਹ ਘੰਡੇ ਹੇੜੇ ਦਾ ਆਵਾਜ਼ਾ ਹੁੰਦਾ ਉਹ ਘਰੇ ਦੇ ਵਿੱਚੋਂ ਮੋਰ ਦਾ ਖੰਭ ਜਾ ਉਹ ਉਂਗਲਾਂ ਦੇ ਪੋਟੇ ਰਾਹੀਂ ਬਰੀਕ ਵੀ ਜੀ ਮਿੱਠੀ ਮਿੱਠੀ ਆਵਾਜ਼ ਨਿਕਲਦੀ, ਇਹ ਪੰਜਵਾਂ ਸ਼ਬਦ ਹੈ। ਅੱਗੇ ਹੈ ਬੀਨ, ਜਿਵੇਂ ਅੱਜ ਯੋਗੀ ਵਜਾਉਂਦੇ ਹੁੰਦੇ ਉਹਦੇ ਤੇ ਸਭ ਮਹਿਲ ਹੋ ਜਾਂਦਾ, ਇਹੋ ਜਿਹੀ ਜਿਹੜੀ ਆਵਾਜ਼ ਹੈ ਉਹ। ਅੱਗੇ ਇਸ ਤਰ੍ਹਾਂ ਫਿਰ ਸੱਤਵਾਂ ਹੈ ਭੇਰੀ, ਛੋਟਾ ਨਗਾਰਾ, ਉਹ ਭੇਰੀਆਂ ਵੱਜਦੀਆਂ ਛੋਟੇ ਨਗਾਰੇ। ਤੇ ਅੱਠਵਾਂ ਜਿਵੇਂ ਦੰਦਲ ਵੱਜਦਾ ਹੁੰਦਾ, ਧਮਸਾ ਵੱਜਦਾ ਹੁੰਦਾ, ਵੱਡਾ ਨਗਾਰਾ ਖੜਕਦਾ ਹੁੰਦਾ, ਇਸ ਤਰ੍ਹਾਂ ਦੀ ਆਵਾਜ਼ ਹੋਏ ਅੱਠਵਾਂ ਸ਼ਬਦ ਹੈ। ਫਿਰ ਨੌਵਾਂ ਹੈ ਜਿਵੇਂ ਸਮੁੰਦਰ ਦੀ ਗਰਜ ਹੁੰਦੀ ਹੈ, ਚੜਦਾ ਜਾਂਦਾ ਤੇ ਉਹ ਫਿਰ ਆਵਾਜ਼ ਹੁੰਦੀ ਨਾ ਗਰਜਦਾ, ਦੂਜੀ ਵਾਰ ਭਾਟਾ ਜਿਹਾ ਆਉਂਦਾ ਸਮੁੰਦਰ ਵਿੱਚ। ਇਸੇ ਕਰਕੇ ਜਿਹੜੇ ਕੋਈ ਸਮੁੰਦਰ ਦੇ ਕਿਨਾਰੇ ਰਹਿੰਦੇ ਆ ਉਹ ਸਮੁੰਦਰ ਦੀ ਗਰਜ ਸੁਣ ਕੇ ਫਿਰ ਭੱਜ ਨਿਕਲਦੇ, ਉਹਨਾਂ ਨੂੰ ਪਤਾ ਵੀ ਹੁਣ ਸਮੁੰਦਰ ਚੜ੍ਹ ਕੇ ਆ ਰਿਹਾ ਹੈ। ਉੱਠਾਂ ਪੈਰਾਂ ਵਿੱਚੋਂ ਫਿਰ ਚੜ੍ਹਦਾ ਹੁੰਦਾ ਤੇ ਵਿਸ਼ੇਸ਼ ਕਰਕੇ ਜਿੱਦਣ ਪੂਰਨਮਾਸੀ ਦਾ ਚੰਦਰਮਾ ਹੁੰਦਾ ਤੇ ਫਿਰ ਤਾਂ ਸਾਰੀ ਰਾਤ ਹੀ ਉਹਦੇ ਵਿੱਚ ਜਵਾਰ ਪਾਟ ਜਾਂਦੇ, ਸਾਰੀ ਰਾਤ ਹੀ ਉਹ ਤੁਹਾਨੂੰ ਛੱਡਦਾ ਰਹਿੰਦਾ। ਇਸ ਤਰ੍ਹਾਂ ਕਹਿੰਦੇ ਸਮੁੰਦਰ ਦੀ ਜਿਵੇਂ ਗਰਜ ਹੁੰਦੀ ਇਹੋ ਜੀ ਉਹ ਸਮੁੰਦਰ ਵਾਂਗੂ ਆਵਾਜ਼ ਆਉਣੀ, ਇਹ ਨੌਵਾਂ ਸ਼ਬਦ ਹੈ। ਅੱਗੇ ਜਿਵੇਂ ਬੱਦਲ ਗਰਜਦਾ ਹੁੰਦਾ ਹੈ, ਇਉਂ ਕਹਿੰਦੇ ਬੱਦਲਾਂ ਦੀ ਗੱਜਰ ਵਾਂਗ ਆਵਾਜ਼ ਆਉਣੀ, ਇਹ ਦਸਵਾਂ ਸ਼ਬਦ ਹੈ। ਇਹ ਦਸਵੇਂ ਦੁਆਰ ਦੇ ਵੀ ਜਦੋਂ ਕੋਈ ਉਹ ਯੋਗ ਦੁਆਰਾ ਸਮਾਧੀ ਲਾ ਕੇ ਬੈਠ ਜਾਂਦਾ ਯੋਗੀ ਪੁਰਸ਼, ਇਹ ਦਸ ਤਰ੍ਹਾਂ ਦੀਆਂ ਆਵਾਜ਼ਾਂ, ਦਸ ਤਰ੍ਹਾਂ ਦੇ ਜਿਹੜੇ ਇਸ ਇਹ ਸਾਜ਼ ਹੈ ਇਹ ਵੱਜਦੇ ਹੋਏ ਸੁਣਦੇ, ਜਿਨ੍ਹਾਂ ਨੂੰ ਸੁਣ ਕੇ ਬਸ ਉਹਦੇ ਵਿੱਚ ਹੀ ਮੁਗਧ ਹੋ ਜਾਂਦਾ ਹੈ।